ਆ ਮਾਮਾ ਜੀ ਕਿੱਟ ਕਿਵੇਂ ਲਈ ਆਉਂਦਾ ਮੇਰੇ? ਉਹ ਕਿਵੇਂ ਬਣਿਆ? ਮੈਂ ਤਾਂ ਠੀਕ ਆ ਮਾਮਾ, ਹਾ ਕਿੱਟ ਜੀ ਮੇਰੀ ਕਿਵੇਂ ਚੱਕੀ ਆਉਣਾ? ਬਸ ਮੈਂ ਜਿਨ ਕਿਵੇਂ ਦੱਸਾਂ, ਕੋਈ ਲੱਛਣ ਖਰਾਬ ਲੱਗਦੇ ਆ, ਕੰਮ ਗਲਤ ਨਾ ਹੋ ਜਾਏ ਕੋਈ। ਕੀ ਕਹੀ ਆ ਨਾ ਯਾਰ, ਬਜ਼ਾਰ ਤਾਂ ਹੀ ਪਾਈ ਆ ਨਾ ਮਾਮਾ, ਕੰਮ ਕੀ ਗਲਤ ਬਜ਼ਾਰ ਹੋਊਗਾ? ਤਾਂ ਹੀ ਆ, ਮੈਂ ਤੇਰੇ ਨਾਲ ਕਹਿੰਦਾ ਵੀ ਤੂੰ ਜੇ ਬਾਗ ਜਾਏ ਤਾਂ ਮੇਰਾ ਘਰ ਵਾਜਦਿਆਂ 'ਚ ਰਹਿ ਜੂ। ਲੈ ਹੁਣ ਮੈਂ ਤੇਰਾ ਘਰ ਉਜਾੜਨ ਲੱਗ ਰਿਹਾ ਯਾਰ ਮਾਮਾ, ਕਹਿ ਜੀਆਂ ਗੱਲਾਂ ਕਰਦਾ? ਤੈਨੂੰ ਨੀ ਮੈਂ ਕਹਿੰਦਾ, ਉਹ ਹੈ ਨੀ ਕੁਛ। ਉਹਨੇ ਮੈਨੂੰ ਪਹਿਲਾਂ ਵੀ ਪੁੱਛਿਆ ਵੀ ਮੁੰਡਾ ਕਿੱਡਾ ਕੁ ਸੋਹਣਾ ਤੇ ਅੱਛਾ ਕਿਵੇਂ ਆ ਗੱਡੀ ਕੁ ਉਮਰ ਦਾ, ਫਿਰ ਤਾਂ ਵਧੀਆ ਗਾ, ਇੱਥੇ ਰੱਖ ਲਾਂਗੇ ਆਪਾਂ। ਉਹ ਤਾਂ ਫਿਰ ਮੋਹ ਪਿਆਰ ਨਾਲ ਕਹਿੰਦਾ ਹੁੰਦਾ ਬੰਦਾ, ਰਿਸ਼ਤੇਦਾਰ ਕਹਿ ਨਹੀਂ ਹੁੰਦੇ ਆ। ਇਹ ਤਲਾਕ ਦੇਣ ਨੂੰ ਫਿਰਦੀ ਸੀ ਮੈਨੂੰ, ਕੀ ਆ ਕਿਤੇ ਹੋਰ ਸਿਆਪਾ ਸੇੜ ਦੇ। ਉਹ ਯਾਰ ਮਾਮਾ, ਕਿੱਥੋਂ ਦੀਆਂ ਗੱਲਾਂ ਕਿੱਥੇ ਲਿਆਉਣਾ ਯਾਰ ਤੂੰ? ਕਿੱਥੋਂ ਦੀ ਮੈਂ ਯਾਰ ਕਿੱਥੇ ਲਿਆਉਣਾ ਮੈਨੂੰ? ਕੀ ਸੋਚੀ ਜਾਂਦਾ ਤੂੰ ਆਪਦੇ ਮਨ 'ਚ? ਮੈਨੂੰ ਐਂ ਡਰ ਗਿਆ ਮੇਰਾ ਘਰ ਨਾ ਪੱਟਿਆ ਜਾਵੇ ਵੱਸਦਾ ਰਹਿ। ਉਹ ਐਂ ਕਿਉਂ, ਕੌਣ ਪੱਟੂ ਤੇਰਾ ਘਰ? ਉਹ ਜਨਾਨੀ ਦਾ ਕੀ ਇੰਨਾ ਮੰਗ ਲੱਗਣਾ, ਮੈਂ ਤੈਨੂੰ ਤਾਂ ਲੈ ਕੇ ਚੱਲੋ ਹੁਣ। ਨਾ ਨਾ ਇਹ ਜਾ, ਫਿਰ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ? ਤੇਰੇ ਤੇ ਤਾਂ ਹੈਗਾ ਤੇ ਬਸ ਫਿਰ ਐਂ ਗੇੜਾ ਫੇਰ ਮਾਰ ਜੀ। ਮੈਂ ਤੈਨੂੰ ਐਂ ਕਹਿੰਦਾ ਗੇੜਾ ਨਹੀਂ ਹੁਣ ਯਾਰ, ਮੈਂ ਕਿਹੜੇ ਪਾਸੇ ਆ ਲਾ ਹੁਣ, ਨਾਲ ਮੈਂ ਜੁਆਇਨ ਕਰ ਕਰੀ ਬੈਠਾਂਗਾ ਆਪਦਾ ਮਕਾਨ ਵੀ, ਕਮਰਾ ਕੁਮਰਾ ਨੇੜੇ ਲੈ ਲਾ। ਕਮਰੇ ਦਾ ਕੇਰਾ ਮੈਂ ਮਾਰਿਆ ਕਰੂੰ ਤੇਰੇ ਕੋਲੇ ਗੇੜਾ ਕੇਰਾ? ਮੈਨੂੰ ਅੱਜ ਦਾ ਦਿਨ ਤਾਂ ਰਹਿ ਭਾਂਦੇ ਜਿਆਦਾ ਮੇਰਾ ਆਗਾ। ਚੱਲ ਹੁਣ ਮੈਨੂੰ ਕਮਰੇ ਦਾ ਹੱਲ ਤਾਂ ਕਰ ਲਾਂਦੇ, ਹੁਣ ਬਗਾਨੀ ਦਾ ਕੀ ਲੱਗਦਾ ਵਾ? ਤੂੰ ਐਂ ਤੂੰ ਹੀ ਸ਼ੱਕ ਕਰੀ ਜਾਂਦਾ ਸਾਡੇ ਦੋਵਾਂ ਤੇ। ਸ਼ੱਕ ਨਹੀਂ, ਇੱਕ ਤਾਂ ਹੁਣ ਤੂੰ ਬਾਈ ਨਾ ਉੱਥੇ ਆ ਉਹਦੇ ਕੋਲ, ਮੈਨੂੰ ਤਾਂ ਉਹ ਕਹਿ ਦਿੰਦੇ ਜਾਂ ਇੱਧਰ ਵਗ ਜਾ, ਮੈਂ ਤਾਂ ਇਹਦੇ ਨਾਲ ਗੱਲਾਂ ਕਰਦੀ ਹਾਂ। ਉਹ ਐਂ ਕੀ ਹੁੰਦਾ ਯਾਰ ਮਾਮਾ, ਫਿਰ ਕਿੱਥੇ ਬੰਦਾ ਆ ਕੇ ਕੋਲੇ, ਤੂੰ ਵੀ ਬਹਿ ਜਾ ਚੱਲ ਕੋਈ ਗੱਲ ਨਹੀਂ, ਵੀ ਤੁਸੀਂ ਤੇਰਾ ਵੀ ਭਾਣ ਜਾ। ਉਹ ਜਨਾਨੀ ਨੂੰ ਤਵਾਰੀ ਨਹੀਂ ਹੁੰਦੀ ਅੱਜ ਕੱਲ੍ਹ, ਤੂੰ ਗੱਲਾਂ ਹੁੰਦੀਆਂ ਦੇਖਦਾ ਨੀ ਐਂ ਤਾਂ ਹੁਣ ਵੀ ਕੀ ਕੁਛ ਹੋਈ ਜਾਂਦਾ, ਸਕੀਆਂ ਭੈਣਾਂ ਵੀ ਭੱਜਣ ਨੂੰ ਫਿਰਦੀਆਂ ਰਹਿੰਦੀਆਂ ਭਾਈਆਂ ਨਾਲ, ਐਂ ਤਾਂ ਬਾਹਲਾ ਕੁਛ ਕਰ ਜਾਊਗਾ। ਹਾਂ ਫਿਰ ਉਸੇ ਗੱਲ ਤੂੰ ਡਰ ਲੱਗਦਾ ਗਾ। ਉਹ ਮੈਂ ਤਾਂ ਨਹੀਂ ਹੁਣ ਇਹ ਜਿਹਾ, ਹੁਣ ਮੈਂ ਮਾਮੀ ਨੂੰ ਭਜਾ ਕੇ ਲੈ ਜੂ ਯਾਰ। ਉਹ ਮੈਂ ਤੈਨੂੰ ਨਹੀਂ ਕਹਿੰਦਾ, ਉਹ ਤੈਨੂੰ ਨਾ ਭਜਾ ਕੇ ਲੈ ਜੇ। ਉਹ ਮੈਨੂੰ ਕਿਵੇਂ ਭਜਾ ਕੇ ਲੈ ਜੂ? ਲੈ ਜੇ ਕੋਈ ਗੱਲਬਾਤ ਹੋਈ ਮੈਂ ਤੈਨੂੰ ਦੱਸ ਦੂੰਗਾ, ਮੈਂ ਆਪ ਹੀ ਪਾਸਾ ਵੱਟ ਲੂੰਗਾ। ਤਵਾਰੀ ਹੁੰਦੀ ਇਹਨਾਂ, ਜੋ ਤੂੰ ਚੰਗੀ ਤਰ੍ਹਾਂ ਖਿਆਲ ਰੱਖਦਾ, ਤੂੰ ਖੁਸ਼ ਰੱਖਦਾ ਮਾਮੀ ਨੂੰ, ਫਿਰ ਉਹ ਮੇਰੇ ਇਹੋ ਜਿਹਾ ਸਵਾਲ ਤਾਂ ਪੈਦਾ ਹੀ ਨਹੀਂ ਹੁੰਦਾ ਉਹਦੇ ਮਨ 'ਚ। ਵਿੱਚੀ ਵਿੱਚ ਮੱਤ ਹੁੰਦੀ ਹੈ, ਨਹੀਂ ਦੇ ਦਿੰਦੀ। ਇਹ ਮੱਖੀ ਹੁੰਦੀ ਆ, ਗੰਦੇ ਤੇ ਵੀ ਬੈਠ ਸਕਦੀ ਹੈ, ਚੰਗੇ ਤੇ ਵੀ ਬੈਠ ਸਕਦੀ। ਉਹ ਤਾਂ ਯਾਰ ਹੁਣ ਉਹ ਹੀ ਹੁੰਦੀ ਆ, ਮੈਨੂੰ ਇਹਦੇ ਲੱਛਣਾਂ ਦਾ ਪਤਾ ਲੱਗੀ ਜਾਂਦਾ। ਉਹ ਐਵੇਂ ਤੂੰ ਵਾਧੂ ਆਪਦੇ ਮਨ 'ਚ ਖਿਆਲ ਬਣਾਈ ਆ, ਨਾ ਆ ਜਾ ਯਾਰ ਕੱਲ ਨੂੰ ਵਗ ਜਾਊ ਹੁਣ। ਐਂ ਤਾਂ ਮੈਂ ਤੈਨੂੰ ਐਂ ਤਾਂ ਘਰੋਂ ਤਾਂ ਨਹੀਂ ਐਂ ਕਹਿੰਦਾ ਵੀ ਕੱਢਦਾ ਜਮਾਂ, ਵੀ ਮੈਂ ਤਾਂ ਚੱਲ ਫਿਰ ਦੋ ਚਾਰ ਦਿਨਾਂ 'ਚ ਗੇੜ ਮਾਰ ਲਾਂ ਮੈਂ ਉਹਨੂੰ, ਦੇਖਦਾ ਵੀ ਕੀ ਕਹਿੰਦੀ ਆ, ਤੈਨੂੰ ਕਿੰਨਾ ਯਾਦ ਕਰੂਗੇ ਕੀ ਕਰੂਗੀ, ਕੋਈ ਲੈ ਕੇ ਦੇਖ ਲਓ। ਆ ਜਾ ਚੰਗਾ ਆ ਜਾ, ਚਲ ਐਂ ਕੋਈ ਗੱਲ ਨਹੀਂ, ਆ ਲੈ ਆ ਫੜਾ ਦੇ। ਉਈ ਤੂੰ ਤਾਂ ਘਾਬਰੀ ਜਾਂਦਾ ਗਾ। ਨਹੀਂ ਮੈਂ ਘਾਬਰਦਾ ਨਹੀਂ ਹੈਗਾ, ਮੇਰਾ ਸੁਭਾਅ ਹੀ ਐਂ। ਆ ਜਾ ਯਾਰ, ਡਰ ਗਿਆ ਤੂੰ ਬਾਬਾ, ਕਿਤੇ ਵੀ ਕੋਈ ਕਾਰ ਨਾ ਹੋ ਜਾਏ। ਪਤਾ ਨਹੀਂ ਹੁੰਦਾ ਅੱਜ ਕੱਲ੍ਹ ਕੱਲ ਜਾਵਾ ਜਾ ਮਾਮਾ। ਬਸ ਉਹ ਕਿਵੇਂ ਫੇਰ ਕਿੱਟ ਜੀ ਚੱਕੀ ਆਉਂਦਾ ਗਾ? ਇਹ ਕਿੱਪੂ ਕੋਲ ਕਿੱਟ ਕਿਵੇਂ ਪੱਗ ਗਈ? ਕਿੱਪੂ ਤਾਂ ਗਿਆ ਹੋਇਆ ਸੀ ਬਾਹਰ, ਇਹ ਨਹੀਂ ਮੈਨੂੰ ਖੁਸ਼ ਰਹਿਣ ਦਿੰਦਾ ਹੈਗਾ। ਦੋ ਦਿਨ ਹੋਏ ਆ, ਮਾੜਾ ਜਿਹਾ ਮੈਨੂੰ ਖੁਸ਼ੀ ਮਿਲਦੀ ਆ ਕਾਸੇ ਦੀ ਵੀ ਚੱਲ ਇਹ ਘਰੇ ਹੈਗਾ। ਆ ਤਾਂ ਮੈਨੂੰ ਜਿਉਣ ਨਹੀਂ ਦਿੰਦਾ ਮੇਰਾ ਬੰਦਾ, ਤਾਂ ਆ ਜਾਂਦਾ ਗਾਹਾਂ ਨੂੰ ਮੈਂ ਕਰਦੀ ਇਹਦੇ ਨਾਲ ਗੱਲ, ਇੱਥੇ ਹੀ ਪੈਣੀ ਹੈਗੀ, ਤੁਰੇ ਆਉਣ ਦੇ ਇਹਨਾਂ ਨੂੰ।
ਮਾਂ ਤੂੰ ਆਏ ਨਾ, ਦੋ ਹੇਲੇ ਹੋ ਗਏ। ਉਹ ਮਾਂ ਤੈਨੂੰ ਕੀ ਕਹਿਣਾ ਬਣ ਜਾ। ਤੈਨੂੰ ਮੈਂ ਕੀ ਕਿਹਾ ਸੀਗਾ ਵੀ ਇਹ ਇੱਥੇ ਰਹੂਗਾ, ਇਹ ਕਿਤੇ ਨੀ ਜਾਊਗਾ। ਸੁਧਰਨ ਨੂੰ ਮੈਂ ਕੀ ਕਿਹਾ? ਮੈਂ ਕੀ ਕਿਹਾ ਫਿਰ? ਤੂੰ ਕਿਉਂ ਇਹਨੂੰ ਜਾਣ ਨੂੰ ਕਹਿੰਦਾ ਰਹੀ ਆ? ਫਿਰ ਮੈਂ ਤੈਨੂੰ ਜਾਣ ਨੂੰ ਕਿਹਾ ਤਾਂ ਘਰੋਂ ਫਿਰ ਮੈਂ ਵੀ ਜਾਊਂਗੀ, ਠੀਕ ਆ ਨਾ? ਤੂੰ ਰਹਿ ਕੱਲਾ, ਇਹ ਵੀ ਜਾਊਗਾ ਤੇ ਮੈਂ ਵੀ ਜਾਊਂਗੀ। ਫਿਰ ਮਾਈ ਬਾਈ ਜਾਣੇ ਕਰ ਲੂ ਨਾ, ਤੂੰ ਰਹਿ ਕਰੇ ਇਹਨੂੰ ਤੋਰਨਾ ਨਾ। ਬਸ ਅੱਗੇ ਧਰ ਇੱਥੇ ਬੈਗ, ਮੈਨੂੰ ਵੀ ਕੱਪੜੇ ਪਾ ਲੈਣਾ ਤੇ ਦੋਵੇਂ ਹੀ ਚੱਲਾਂਗੇ। ਮੈਂ ਹੁਣ ਤੂੰ ਰੋਕ ਕੇ ਦਿਖਾਈ ਸਾਨੂੰ ਨਾਲੇ। ਚੱਲ ਤੁਸੀਂ ਘਰੇ ਰਹਿ ਪੁੰਮੇ ਜਾਣਾ। ਕਾਹਨੂੰ ਯਾਰ ਮਾਮਾ ਵਧਾਈ ਜਾਂਦੇ ਹੋ ਤੁਸੀਂ ਮੇਰੇ? ਉਹ ਕੋਈ ਵੀ ਸਰੀਰ ਜਾਂਦੇ ਕਿ ਮੈਂ ਲੀੜੇ ਪਕੇ ਕੇ ਲੈ ਕੇ ਜਾਣੀ। ਫਿਰ ਜੇ ਤੂੰ ਸੁਧਰਦਾ ਹੀ ਨਹੀਂ ਹੈਗਾ ਤੇ ਤਾਂ ਕੀ ਹੋਇਆ ਤੈਨੂੰ? ਫਿਰ ਦਿਮਾਗ ਖਰਾਬ ਹੋਇਆਗਾ ਤੇਰਾ? ਕਿਉਂ ਇਹਨੇ ਜਵਾਬ ਨਾ ਤੰਗ ਕਰੀ ਜਾਂਦਾ ਤੂੰ? ਫਿਰ ਤੰਗ ਨੂੰ ਫਿਰ ਇਹਨੂੰ ਆਈ ਆ ਕਿ ਵੀ ਨੇੜੇ ਕਮਰਾ ਲੈ ਲਾ ਤੇ ਕੋਈ ਮੈਨੂੰ ਬਰਤਨ ਦੇ ਦੇ। ਬਰਤਨ ਨੂੰ ਮੈਂ ਤੈਨੂੰ ਹਟਾਉਣਾ? ਰਿਸ਼ਤੇਦਾਰੀ ਦੇ ਤੇਰੇ ਹੀ ਆ, ਭਾਣਜਾ ਤਾਂ ਤੇਰੇ ਹੀ ਹੈਗਾ ਇਹ। ਹਾਂ ਮੇਰੇ ਹੀ ਆ ਫਿਰ। ਤੇ ਫਿਰ ਤੂੰ ਮੈਨੂੰ ਇਹਦੇ ਨਾਲ ਵੀ ਨਹੀਂ ਬਰਤਨ ਦਿੰਦਾ? ਮੈਂ ਤੈਨੂੰ ਕਿਵੇਂ ਮਰਜ਼ੀ ਕੁਝ ਕਹਿ ਸਕਦਾ? ਕੀ ਉਹੀ ਗੱਲ, ਇਹਦੇ ਮਾਂ ਪਿਓ ਮੈਨੂੰ ਕਹਿਣਗੇ, ਅਗਲਾ ਆਖਣਗੇ ਬਗਾਨੀ ਰਹਿਣ ਨਹੀਂ ਦਿੰਦੀ ਹੈਗੀ ਸਾਡੇ ਜਵਾਕ ਨੂੰ ਉੱਥੇ। ਤੈਨੂੰ ਥੋੜੀ ਕਹਿਣਾ, ਤੈਨੂੰ ਭਾਈ ਨੂੰ ਨਹੀਂ ਮਾੜਾ ਕਹਿਣਾ, ਮੈਨੂੰ ਮਾੜਾ ਕਹਿਣਾ? ਮੈਨੂੰ ਐਂ ਆ ਕਿ ਮੈਂ ਸਵੇਰੇ ਭੰਮਦੀ ਆ ਜੀ ਗੇੜਾ ਮਾਰਜੀ। ਫਿਰ ਇੱਥੇ ਰਹਿਣ 'ਚ ਤੈਨੂੰ ਦਿੱਕਤ ਕੀ ਹੈ? ਦਿੱਕਤ ਇਹ ਡਰਦਾ ਪਰੇ ਨਹੀਂ ਪੈਂਦਾ। ਬਸ ਆਹੀ ਦਿੱਕਤ ਆ ਵੀ ਮੈਂ ਤੁਹਾਡੇ ਕੋਲੇ ਰਾਤ ਨੂੰ ਪੈਂਦਾ। ਇਹ ਤਾਂ ਪਊਗਾ, ਕੋਲੇ ਪਊਗਾ ਜਮਾ। ਉਹ ਤੁਸੀਂ ਦਿਨੇ ਕਰ ਲਿਆ ਕਰੋ ਯਾਰ, ਸਾਰਾ ਦਿਨ ਹੀ ਹੁੰਦਾ ਗਾ ਜਿਹੜੀਆਂ ਗੱਲਾਂ ਕਰਨੀਆਂ ਨੇਗੀਆਂ। ਤੂੰ ਰਹਿਣ ਦੇ, ਢਕਿਆ ਰਹੇ ਲਹਿਰੀਆਂ ਹੁੰਦੀਆਂ ਤੁਹਾਡੀਆਂ। ਅੱਗੇ ਵੀ ਰਾਤਾਂ ਕੱਟਦੇ ਸੀਗੇ, ਕਿਵੇਂ ਕੱਟਦੇ ਸੀ ਪਤਾ ਹੀ ਆ। ਆਹ ਹੁਣ ਦੋ ਦਿਨਾਂ 'ਚ ਤਾਂ ਮੈਨੂੰ ਸੌਖੀ ਨੀਂਦ ਆਉਂਦੀ ਆ। ਅੱਛਾ ਤੂੰ ਸੌਖੀ ਸੌਂ ਜਾ ਬਸ, ਮੈਂ ਜਾਊਂਗਾ ਘਰ, ਹੋ ਜਾਏਗਾ। ਨਾ ਕੋਈ ਨੀ, ਇਹ ਕਿਵੇਂ ਕਹਿੰਦੀ ਹੈ ਨਾ, ਉਹ ਮੈਨੂੰ ਵੀ ਸਹੀ ਦੇ ਮੰਗਲ ਤੇ ਤੋਂ ਨਾਲ ਜਾਇਆ ਨਹੀਂ ਜਾਂਦਾ। ਤੈਨੂੰ ਮੈਂ ਜਾ ਕੇ ਦਿਖਾਉਂਗੀ, ਤੂੰ ਰੁਕ ਇੱਥੇ। ਕਾਹਨੂੰ ਯਾਰ ਮਾਮੀ, ਤੂੰ ਕਿਵੇਂ ਜਾ ਕੇ ਦਿਖਾਈ? ਉਹ ਯਾਰ ਮਨਾ ਲਾ ਕਿਉਂ ਲੜੀ ਜਾ ਰਹੀ ਹੈ? ਤੂੰ ਨਹੀਂ ਜਾਣਾ ਆਦਾ, ਠੀਕ ਹੈ? ਘਰੇ ਰਹਿਣਾ ਤੁਸੀਂ। ਬਸ ਮੈਂ ਤਾਂ ਪਰੇ ਹੋ ਜਾ ਤੂੰ, ਮੈਂ ਤਾਂ ਜਾਊਂਗੀ, ਠੀਕ ਹੈ ਨਾ? ਇੱਥੇ ਡਾਂਗ ਜੇ ਨਹੀਂ, ਮੈਂ ਹੁਣ ਲੋਟ ਕਰਦਾ ਨਾ। ਜਾਊਂਗੀ ਤਾਂ ਮੈਂ ਜਾਊਂਗੀ ਫਿਰ, ਨਾਲੇ ਤੂੰ ਰੋਕੀ ਹੁਣ। ਇਦੋਂ ਬਾਅਦ ਨੀ ਤੂੰ ਬੋਲੇਗਾ ਫਿਰ? ਸਾਰਾ ਕੁਝ ਮੇਰੇ ਕੋਲ ਹੈਗਾ, ਮੈਂ ਬਸ ਤੈਨੂੰ ਤੇਤੋਂ ਨੀ ਜਾਇਆ ਜਾਂਦਾ, ਤੈਨੂੰ ਮੈਂ ਜਾ ਕੇ ਦਿਖਾਉਂਗੀ। ਉਹ ਕੋਈ ਨੀ, ਤੂੰ ਐਂ ਕਰ ਰੱਖ ਲੈ ਬਸ, ਮੈਂ ਤਾਂ ਗਲਤੀ ਹੋ ਗਈ। ਹਾਂ ਹੁਣ ਗਲਤੀ ਹੋ ਗਈ ਨਾ, ਹੁਣ ਤੂੰ ਜਾ ਫਿਰ, ਰਹਿ ਘਰੇ ਇਕੱਲਾ ਜਾਣਾ, ਅਸੀਂ ਤੂੰ ਵੀ ਵਗ ਜਾਵਾਂਗੇ। ਭਾਂਡੇ ਤੂੰ ਵਗ ਗਈ, ਰੋਟੀ ਟੋਕਣ ਕੌਣ ਪਕਾਉਂਗਾ? ਫਿਰ ਪਹਿਲਾਂ ਸੋਚਣਾ ਸੀ ਨਾ, ਉਹ ਤਾਂ ਕਹਿੰਦਾ ਜਾ ਵਗ ਜਾ, ਮੈਨੂੰ ਤਾਂ ਲੋੜ ਨੀ, ਮੈਂ ਤਾਂ ਇਕੱਲਾ ਹੀ ਰਹਿ ਲੂੰਗਾ। ਤੂੰ ਕਹਿੰਦੀ ਫਿਰ ਮੈਥੋਂ ਹਰਕ ਚ ਕਿਆ ਗਿਆ? ਚੱਲ ਕੋਈ ਗੱਲ ਨੀ, ਮੈਂ ਤਾਂ ਇੰਨਾ ਤੇਰਾ ਮੋਹ ਕਰਦਾ। ਮੋਹ ਕਰਦਾ ਤੈਨੂੰ ਮੈਂ ਬਾਰ ਬਾਰ ਕਹੀ ਜਾਂਦੀ ਵੀ ਫਿਰ ਉਹਨੂੰ ਜਾਣ ਨੂੰ ਕਹੀ ਨਾ ਰਹਿ ਪੂਗਾ। ਮੈਂ ਤੈਨੂੰ ਕਦੋਂ ਕਹੀ ਜਾਂਦਾ ਰਹਿ ਪੂ? ਬਸ ਪਰ ਉਹ ਇੱਥੇ ਰਹੂਗਾ। ਫਿਰ ਮੈਂ ਤੈਨੂੰ ਕਦੋਂ ਫਿਰ ਕਹਿ ਦਿੰਦੀ ਕਿ ਇੱਥੇ ਰੁਕ, ਕਦੋਂ ਮੈਂ ਕਹੀ ਨਹੀਂ ਗਿਆ ਤਾਂ ਤੈਨੂੰ? ਤੂੰ ਬਦਲ ਜਾ ਨਾ ਕਹਿ ਕੇ ਫਿਰ ਨਹੀਂ ਬਦਲਦਾ ਨਾ, ਫਿਰ ਕਹੀ ਤੂੰ ਨਹੀਂ ਬਦਲਦਾ। ਮੈਂ ਤਾਂ ਆਪਦਾ ਅਧੀਆ ਲਿਆ ਕਿ ਨੂੰ ਲਾ ਕੇ ਪੇਗ ਪਰੇ ਪੈ ਜਾ। ਅਧੀਆ ਲਿਆ, ਬੋਤਲ ਲਿਆ, ਕੁਛ ਮਰਜ਼ੀ ਲਿਆ,
ਠੀਕ ਪਰ ਉਹ ਇੱਥੇ ਰਹੂਗਾ ਤੇ ਕੋਲੇ ਵੀ ਪਊਗਾ। ਰੱਖ ਲਾ ਰੱਖ ਲਾ ਰੱਖ ਲਾ, ਮੈਂ ਤਾਂ ਅੱਡ ਕਮਰੇ ਚ ਪੈ ਜਾਗਾ। ਅੱਡ ਕਿਉਂ ਪੈ ਜਾਏਗਾ, ਕੋਲੇ ਹੀ ਪਈ ਸਾਡੇ, ਤਿੰਨੀ ਪਵਾਂਗੇ ਜਿਵੇਂ ਪੈਂਦੇ ਸੀ। ਚੱਲ ਕੋਈ ਨੀ ਫਿਰ, ਮੈਂ ਤਾਂ ਗਲਤੀ ਹੋ ਗਈ, ਮੈਂ ਤੈਨੂੰ ਕਿਹੜਾ ਕਹਿਤਾ। ਬਸ ਏਦਾਂ ਮੁੜ ਕੇ ਫਿਰ ਜਵਾਨ ਤੇ ਆਪਦੇ ਗੱਲ ਲਿਆਈ ਨਾ ਵੀ ਉਹਨੂੰ ਮੈਂ ਘਰੋਂ ਕੱਢਦਾ ਫਿਰ ਨਹੀਂ ਕੱਢਦਾ। ਇੱਕ ਮਹੀਨਾ ਕਿਹਾ ਗਾ, ਉਹਨੂੰ ਮਹੀਨਾ ਰਹਿ ਪਊ, ਉਹਦੇ ਬਾਅਦ ਤਾਂ ਉਹਨੇ ਜਾਣਾ ਹੀ। ਉਹ ਉਹਦੀ ਮਰਜ਼ੀ ਰਹੇਗੀ, ਜੇ ਉਹ ਜਾਣ ਨੂੰ ਕਹੂਗਾ ਉਹਨੂੰ ਜਮਾਂ ਨਹੀਂ ਰੋਕਦੇ, ਪਰ ਤੂੰ ਆਪਦੇ ਮੂੰਹੋਂ ਨਹੀਂ ਕਹਿਣਾ ਫਿਰ। ਬਾਹਰੋਂ ਤੇ ਬਾਹਰ ਹੀ ਰੋਕ ਲਿਆ, ਕਹਿੰਦਾ ਆ ਲੈ ਇੱਥੇ ਮੁੜ ਜਾ। ਇਹ ਕੀ ਗੱਲ ਹੋਈ? ਮੈਂ ਪੁੱਛਿਆ, ਮੈਂ ਕਿਹਾ ਯਾਰ ਗੱਲ ਤਾਂ ਕੀ ਹੋ ਗਈ? ਕਹਿੰਦਾ ਨਹੀਂ ਯਾਰ ਤੂੰ ਘਰ ਪੱਟ ਦੇਗਾ ਮੇਰਾ। ਘਰ ਪੱਟ ਦੇਗਾ ਮਤਲਬ? ਇਹਦਾ ਮੈਂ ਹੁਣ ਤੈਨੂੰ ਕੀ ਦੱਸਾਂ, ਆਪਣੇ ਦੋਨਾਂ ਬਾਰੇ ਗਲਤ ਸੋਚੀ ਜਾਂਦਾ ਵੀ ਆਪਾਂ ਗਲਤ ਆ। ਕਿੱਡੀ ਸੋਚਣੀ ਮਾੜੀ ਹੈਗੀ ਤੇਰੇ ਮਾਮੇ ਦੀ, ਜਿਵੇਂ ਹੱਦ ਹੀ ਕਰੀ ਜਾਂਦਾ ਗੱਲ। ਕਹਿੰਦਾ ਯਾਰ ਉਹ ਤੈਨੂੰ ਲੈ ਕੇ ਨਾ ਭੱਜ ਜੇ। ਮਹਾਂ ਕਰ ਲਾ ਗੱਲਾਂ ਯਾਰ, ਮੇਰੇ ਤੇ ਭਰੋਸਾ ਨੀ ਹੈਗਾ। ਮਹਾਂ ਕਿਉਂ ਤੂੰ ਗਲਤ ਸੋਚੀ ਜਾਂਦਾ ਗਾ, ਆਪਦੇ ਦਿਮਾਗ ਚ ਗੰਦ ਭਰੀ ਜਾਂਦਾ ਗਾ। ਤੇ ਕਹ ਤੇਰਾ ਭਾਣਜਾ ਗਾ ਵੇ, ਮਾਮੀ ਨੂੰ ਲੈ ਕੇ ਜਾਊਂਗਾ ਕਿ ਮੈਂ ਉਹਦੇ ਦਿਮਾਗ ਚ ਕੀ ਪਤਾ ਯਾਰ ਕੀ। ਮੈਂ ਤਾਂ ਹੱਚੀ ਹੁਣ ਉਹਨੂੰ ਮਾਮਾ ਕਹਿਣ ਨੂੰ ਨੀ ਦਿਲ ਕਰਦਾ, ਪਤਾ ਨੀ ਕੀ, ਪਤਾ ਨੀ ਕਿਉਂ ਇੰਨਾ ਪੁੱਠਾ ਸੋਚਦਾ ਗਾ। ਫਿਰ ਕੀ ਹੋ ਗਿਆ ਜੇ ਇੱਥੇ ਰਹਿਣਾ ਗਾ, ਅੱਗੇ ਕਿਹੜਾ ਆਉਂਦਾ ਨੀ ਸੀਗਾ, ਹੁਣ ਚੱਲ ਵਿਆਹ ਆ ਗਿਆ। ਤਾਂ ਮੈਨੂੰ ਪਿਆਰ ਨਾਲ ਬੁਲਾਉਂਦੀ ਵੀ ਨਹੀਂ, ਕਹਿੰਦਾ ਅੱਗੇ ਤਾਂ ਬੁਲਾ ਬੁਲੂ ਲੈਂਦੀ ਸੀ, ਕਹਿੰਦੇ ਜਿੱਦੇ ਦਾ ਤੂੰ ਆਏਗਾ ਤੈਨੂੰ ਤਾਂ ਕਹਿ ਦੂਗੀ ਪੈ ਜਾ, ਮੈਨੂੰ ਤਾਂ ਕਹਿੰਦਾ ਨਾਲ ਪਾ ਕੇ ਵੀ ਨਹੀਂ ਰਾਜੀ ਹੈਗੀ। ਮੇਰੇ ਕੰਨੀ ਤਾਂ ਕਹਿੰਦੀ ਝਾਕਦੀ ਵੀ ਨਹੀਂ ਜਿੱਦੇ ਦਾ ਤੂੰ ਆਇਆ। ਹੋਰ ਸਵਾਹ ਨੀ ਝਾਕਦੀ ਹੈਗੀ ਤੇਰੇ ਕੰਨੀ, ਪਹਿਲਾਂ ਵੀ ਆਈ ਸੀ ਤੇ ਹੁਣ ਵੀ ਆਈ ਆ, ਉਹ ਤਾਂ ਤੈਨੂੰ ਦਿਖਾਵਾ ਕਰਦਾ ਗਾ ਹੁਣ ਉਹ। ਪਤੀ ਆ ਤੈਨੂੰ ਜਾਣ ਬੁੱਝ ਕੇ ਕਿਹਾ ਸੀਗਾ ਮਹਾ ਮਾਮਾ ਜੇ ਤੁਹਾਡੇ ਕੋਈ ਬੱਚਾ ਨੀ ਹੁੰਦਾ ਦਵਾਈ ਦੂਜੀ ਦਿਖਾ ਲਾ, ਤੂੰ ਦਿਖਾ ਲਾ। ਕਹਿੰਦਾ ਮੈਂ ਤਾਂ ਝੋਟੇ ਵਰ ਗਈ ਆ ਤੇ ਤੇਰੀ ਮਾਮੀ ਨੂੰ ਦਵਾਈ ਦਵਾ ਕੇ ਲਿਆਉਣ ਵਾਲਾ। ਮਾਰੀ ਜਾਂਦਾ ਪਕਾਈ, ਪਹਿਲਾਂ ਜਵਾਕ ਹੋਣ ਵਾਲਾ ਸੀ, ਕਹਿੰਦਾ ਉਹ ਬਿਮਾਰ ਹੋ ਗਈ ਐਂ ਜੇ ਹੋ ਗਿਆ। ਮੈਂ ਤਾਂ ਮੈਨੂੰ ਤਾਂ ਕੀ ਹੋਇਆ, ਮੈਂ ਤਾਂ ਘੋੜੇ ਵਰਗਾ ਗਾ, ਉਹਨੂੰ ਦਵਾਈ ਦਵਾ ਕੇ ਲਿਆਉਣਾ ਗਾ। ਬਸ ਉਹ ਆਪਦੇ ਤੇ ਸਾਰੀ ਗੱਲ ਹੋਈ ਹੈਗੀ, ਤੈਨੂੰ ਦੱਸਿਆ ਗਾ ਵੀ ਸਾਰੇ ਨੁਕਸ਼ ਇਸੇ ਚ ਨੇ, ਕਣਖੰਡਾ ਤਾਂ ਇਸੇ ਚ ਨੀ ਹੈਗਾ, ਲਿਆ ਕੇ ਸਾਰੀ ਗੱਲ ਮੇਰੇ ਤੇ ਟਾਲ ਦਿੰਦਾ ਗਾ ਮੁੜ ਕੇ। ਸਾਡੇ ਹੋਰ ਲੜਾਈ ਕਾਹਤੋਂ ਪੈਂਦੀ ਹੈ, ਇਹੀ ਗੱਲਾਂ ਤੋਂ ਲੜਾਈ ਪੈਂਦੀ ਹੈ, ਉਤੋਂ ਤੇ ਸਿੱਧੇ ਮੂੰਹ ਨਹੀਂ ਬੋਲਦਾ। ਬਸ ਉਹੀ ਗੱਲ, ਮਹਾ ਯਾਰ ਮੈਂ ਤਾਂ ਤੇਰਾ ਭਾਣ ਜਾਗਾ, ਮੇਰੇ ਬਾਰੇ ਤਾਂ ਗਲਤ। ਕਹਿੰਦਾ ਅੱਜ ਕੱਲ ਯਾਰ ਕਿਸੇ ਦਾ ਕੋਈ ਪਤਾ ਨੀ ਗਾ, ਕਦੋਂ ਕੋਈ ਮਰਜ਼ੀ ਲੈ ਕੇ ਤੇਰੇ ਵਰਗੇ ਕੇ ਹਾਂ ਫਿਰ ਕਰਵਾ ਦਿੰਦੇ ਹੁੰਦੇ ਹੈਗੇ, ਜੇ ਤੇਰੇ ਵਰਗੇ ਹਾਂ ਸੋਚਦੇ ਆ ਨਾ ਵੀ ਮੈਨੂੰ ਇਹਦੇ ਤੇ ਭਰੋਸਾ ਨਹੀਂ ਇਹ ਗਲਤ ਆ, ਤੇ ਜੇ ਸਹੀ ਵੀ ਉਹ ਗਲਤ ਹੋ ਕੇ ਦਿਖਾ ਦਿੰਦੇ ਹੈਗੇ। ਫਿਰ ਉਹ ਗਲਤ ਹੀ ਹੋਣਗੇ ਜਦੋਂ ਯਾਰ ਭਰੋਸਾ ਹੀ ਨਹੀਂ ਹੈਗਾ ਹੁਣ ਤੇਰੇ ਤੇ। ਜਦੋਂ ਮੇਰੇ ਤੇ ਭਰੋਸਾ ਨਹੀਂ ਹੈਗਾ, ਮੈਨੂੰ ਗਲਤ ਗਲਤ ਕਹੀ ਜਾਣਾ ਗਾ, ਤੈਨੂੰ ਗਲਤ ਕਹੀ ਜਾਣਾ। ਹੁਣ ਆਪਾਂ ਇੱਥੇ ਨੋਰਮਲ ਪਏ ਹੁੰਦੇ ਆ, ਇਹ ਤਾਂ ਐਂ ਸੋਚਦਾ ਹੁਣ ਮੇਰੇ ਪਏ ਤੋਂ ਬਾਅਦ ਪਤਾ ਨੀ ਕੀ ਕਰਦੇ ਹੋਣਗੇ ਕੀ ਨਾ ਕਰਦੇ ਹੋਣਗੇ। ਅਸੀਂ ਵੀ ਤਾਂ ਕਹਿੰਦੇ ਸੌਣਾ ਹੁੰਦਾ ਗਾ, ਸਾਨੂੰ ਕਿਹੜਾ ਨੀਂਦ ਨੀ ਆਉਂਦੀ, ਇੱਕ ਕਮਰੇ ਚ ਰਹਿ ਕੇ ਤਿੰਨ ਜਣੇ ਕੀ ਕਰਾਂਗੇ।
ਜਿਵੇਂ ਇੰਨੀ ਸੋਚ ਮਾੜੀ ਕਾਤੋਂ ਹੈਗੀ ਇਹਦੀ, ਮੈਂ ਤਾਂ ਹੀ ਹੈਰਾਨ ਹੈਗੀ ਇਹਦੇ ਤੋਂ। ਇੱਥੋਂ ਦਾ ਯਾਰ ਮੈਂ ਅੱਖਾਂ 'ਚ ਅੱਖਾਂ ਹੀ ਨਹੀਂ ਪਾਈਆਂ ਜਾਂਦੀਆਂ ਵੀ ਐਂ ਸੋਚਦਾ ਯਾਰ ਮਾਮਾ। ਮਾੜਾ ਮਾੜਾ ਕਹੀ ਜਾਂਦਾ ਤਾਂ ਫਿਰ ਤੈਨੂੰ ਮੈਂ ਮਾੜਾ ਹੋ ਕੇ ਦਿਖਾ ਦੂੰਗਾ। ਮੇਰੀ ਤਾਂ ਇਹੋ ਜਿਹੀ ਨਿਗਾਹ ਹੀ ਨਹੀਂ, ਜੇ ਨਿਗਾਹ ਹੁੰਦੀ ਉਹਨੂੰ ਮਾਮੀ ਮੈਂ ਤੇਰੇ ਨਾਲ ਛੇੜਛਾੜ ਕਰ ਹੀ ਦਿੰਦਾ। ਉਹ ਤਾਂ ਕਰਵਾ ਦੂਗਾ ਨਾ, ਤੇਰੇ ਮਾਮਾ ਖੁਦ ਹੀ ਕਰਵਾ ਦੂਗਾ ਕਹਿ ਕੇ। ਅੱਛਾ ਜੇ ਲੱਗਦੇ ਆ ਇਹਦੇ, ਇਹਨੂੰ ਦਿਖਾਉਣੀ ਪਊਗੀ ਗਲਤ ਕਿਵੇਂ ਹੁੰਦੇ ਆ ਰਿਸ਼ਤੇ। ਮੈਂ ਤਾਂ ਫਿਰ ਵੀ ਐਂ ਸੋਚੀ ਜਾਂਦੀ ਹਾਂ ਵੀ ਚੱਲ ਘਰ ਫਸਿਆ ਰਹੇ ਕੋਈ ਚੱਕਰ ਨੀ ਹੈ ਨਾ, ਚੱਲ ਜਿਵੇਂ ਜੀ ਲੱਗਦਾ ਉਵੇਂ ਲੱਗ ਜੂਗਾ, ਚੱਲ ਕੋਈ ਨੀ ਜਿਹੋ ਜਿਹਾ ਹੈਗਾ ਹੈਗਾ ਗਾ। ਫਿਰ ਵੀ ਨੀ ਇਹ ਸੋਚਦਾ ਕੁਛ ਵੀ ਵੀ ਜੇ ਤੂੰ ਆਪ ਨੀ ਸਹੀ ਹੈਗਾ ਤੇਰੇ ਚ ਨੀ ਕੋਈ ਕਣ ਕੰਡਾ ਵੀ ਤੂੰ ਚੁੱਪ ਕਰਕੇ ਬਹਿ ਜਾ, ਜਿਹੋ ਜਿਹਾ ਚੱਲੀ ਜਾਂਦਾ ਸਾਰਾ ਕੁਛ ਚੱਲੀ ਜਾਂਦੇ, ਇਹ ਹੁਣ ਫਾਨੀ ਲੈਂਦਾ ਗਾ ਪੰਗੇ ਲੈਣ ਵਾਲੀਆਂ ਗੱਲਾਂ ਹੀ ਨੇ। ਏਦਾਂ ਮੁੜ ਕੇ ਜਾਣ ਜੂਣ ਦੀ ਗੱਲ ਕਰੂਗਾ ਨਾ, ਪਹਿਲਾਂ ਮੈਨੂੰ ਦੱਸੀ ਤੂੰ। ਮੈਂ ਹੁਣ ਜਾਂਦੇ, ਮੈਨੂੰ ਤਾਂ ਪਤਾ ਹੀ ਨੀ ਤੈਥੋਂ ਚੋਰੀ ਹੋ ਕਿੱਟ ਲਗਿਆ ਗਾ। ਮੈਨੂੰ ਤਾਂ ਖੁਦ ਨੂੰ ਮੈਨੂੰ ਤਾਂ ਹੋਵੇ ਜੇ ਤੁਸੀਂ ਆਏ ਹੋ ਮੈਂ ਕਹਿੰਦਾ ਤੂੰ ਆਪ ਹੀ ਵਗ ਗਿਆ, ਮੈਨੂੰ ਹੋਰ ਮੋੜ ਕੇ ਲਿਆ ਤੈਨੂੰ। ਕਹਿੰਦਾ ਮੈਂ ਤੈਨੂੰ ਮਿਲਿਆ ਕਹੂੰਗਾ ਤੂੰ ਇੱਥੇ ਨਾ ਆਈ। ਮਿਲਿਆ ਕਰੂੰਗਾ, ਪਹਿਲਾਂ ਤਾਂ ਕਹ ਹੁੱਬ ਕੇ ਤੂੰ ਹੀ ਸੱਦਿਆ ਸੀਗਾ, ਆ ਜਾ ਅਸੀਂ ਇਕੱਲੇ ਹੀ ਆ। ਉਹ ਹੱਥ ਨਾਲ ਪੁੱਛ ਗਈ ਕਹਿੰਦਾ ਮੈਨੂੰ ਤਾਂ ਕਹਿੰਦਾ ਲੱਛਣ ਜੇ ਉਹਦੀ ਫਿਕਰ ਦੇ ਲੱਗਦੇ ਸੀ ਤੈਨੂੰ, ਕਹਿੰਦਾ ਕਹਿੰਦਾ ਤੇਰੀ ਮਾਮੇ ਦੇ ਲੱਛਣ ਤਾਂ ਉਹਦੀ ਫਿਕਰ ਦੇ ਲੱਗਦੇ ਸੀ, ਕਹਿੰਦਾ ਜਦੋਂ ਤੈਨੂੰ ਤੂੰ ਫੋਨ ਕੀਤਾ ਸੀ ਮੈਨੂੰ ਪੁੱਛਦੀ ਸੀ ਕਿੱਡਾ ਗਾ ਕਿੰਨਾ ਕੁ ਸੋਹਣਾ ਗਾ ਜਵਾਨ ਆ। ਫੇਰ ਕੀ ਹੋ ਗਿਆ ਜੇ ਪੁੱਛ ਲਿਆ? ਮੈਂ ਨਾਰਮਲ ਗੱਲਾਂ ਨੇ, ਮੈਂ ਹਜੇ ਪੁੱਛ ਲਿਆ ਮਾਮੇ ਨੇ ਇਹ ਚ ਫੇਰ ਕੀ ਹੋ ਗਿਆ। ਕਹਿੰਦਾ ਸ਼ੱਕ ਤਾਂ ਮੈਨੂੰ ਉਦੋਂ ਹੀ ਹੋ ਗਿਆ ਸੀ, ਹੁਣ ਤਾਂ ਕਹਿੰਦਾ ਬਸ ਸ਼ੱਕ ਯਕੀਨ ਚ ਬਦਲਦਾ ਜਾਂਦਾ ਗਾ, ਕਹਿੰਦਾ ਜਦੋਂ ਹੁਣ ਤੇਰੇ ਬਿਨਾਂ ਇੱਕ ਬਿੰਦ ਨੀ ਸਾਰਦੀ। ਮੈਂ ਕਿਹਾ ਯਾਰ ਜੇ ਮੂੰਹ ਕਰਦੀ ਆ ਫਿਰ ਅਸੀਂ ਗਲਤ ਹੋ ਗਏ। ਕਹਿੰਦਾ ਗਲਤ ਗੁਲਤ ਨੀ, ਕਹਿੰਦਾ ਤੂੰ ਵਗ ਜਾ ਇੱਥੋਂ ਮੇਰਾ ਘਰ ਪੱਟਿਆ ਜਾਊਗਾ। ਮੈਂ ਕਿਹਾ ਯਾਰ ਮਾਮਾ ਜੇ ਤੂੰ ਹਾਂ ਹੀ ਕਹੀ ਗਿਆ ਤਾਂ ਫਿਰ ਪੱਟਿਆ ਜਾਊਗਾ। ਬਸ ਇਹਨੇ ਯਾਰ ਆਪਦਾ ਘਰ ਵਸਾਉਣਾ ਸੀ, ਇਹਦੇ ਛੜੇ ਮਰਨ ਵਾਲੇ ਲੱਛਣ ਸੀਗਾ, ਇਹ ਵਿਆਹ ਕੇ ਵੀ ਛੜੀ ਮਰੂ। ਤੂੰ ਹੁਣ ਕਿੰਨਾ ਕੁ ਚਿਰ ਸਹੀ ਜਾਏਂਗੀ ਦੋਸਤ ਵੀ ਆ ਗਿਆ ਉਹਦੇ ਨਾਲ ਵੀ ਤੈਨੂੰ ਕਹਿ ਦੂਗਾ ਵੀ ਤੂੰ ਗਲਤ ਆ। ਕਿਸੇ ਨੂੰ ਜਾਣ ਹੀ ਨੀ ਦਿੰਦਾ, ਕਿਤੇ ਮੈਨੂੰ ਬਾਹਰ ਤਾਂ ਟੱਪਣ ਨੀ ਦਿੰਦਾ। ਸਵੇਰ ਨੂੰ ਇਹਦਾ ਕੋਈ ਹੋਰ ਆਉਂਦਾ ਰਿਸ਼ਤੇਦਾਰ ਕੋਈ ਆਉਂਦਾ, ਇਹ ਤਾਂ ਹਰੇਕ ਨੂੰ ਗਲਤ ਬਣਾ ਦਿਆ ਕਰੂਗਾ। ਕਿਸੇ ਨਾਲ ਵਰਤਣ ਨੀ ਦੇਣਾ ਹੈਗਾ, ਬਸ ਕੋਈ ਗੱਲ ਨੀ ਤੂੰ ਚੁੱਪ ਕਰਦੇ ਜੇ ਗਲਤ ਹੋਣ ਤੇ ਆ ਗਈ ਫਿਰ ਤੂੰ ਰੋਕ ਲੇਗਾ ਇਹਨੂੰ ਤਾਂ ਭੇਜ ਦੇਗਾ ਮੈਂ ਹੋਰ। ਅੱਛਾ ਹੋਰ ਮੈਨੂੰ ਕੋਈ ਮਰਦ ਨੀ ਥਿਆਉਣਾ ਫਿਰ, ਉਹੀ ਤਾਂ ਗੱਲ ਹੈ ਜੇ ਮੈਂ ਗਲਤ ਹੋਣ ਤੇ ਆ ਗਈ ਫਿਰ ਤੂੰ ਕਹਿੰਦਾ ਫੜ ਲੇਗਾ। ਹੁਣ ਘਰੋਂ ਜਾਂਦੀ ਨੀ ਗਾ, ਜਾਂਦੇ ਹੀ ਨੀ, ਖੇਤ ਵੀ ਨੀ ਜਾਂਦਾ, ਗੇੜਾ ਮਾਰਨ ਵੀ ਜਾਂਦਾ, ਰਾਖੀ ਤੇ ਬੈਠਾ ਰਹਿੰਦਾ ਮੇਰੇ ਵੀ ਸੱਜਣਾ ਸੀ। ਫਿਰ ਅੱਛਾ ਜੇ ਅਸੀਂ ਗਲਤੀ ਕਰਨਾ ਹੋਇਆ ਵੀ ਫਿਰ ਤੂੰ ਘਰੇ ਹੋਏਗਾ ਫਿਰ ਕਿਹੜਾ ਹਟਾ ਲਏਗਾ ਸਾਨੂੰ? ਐ ਰਾਖੀਆਂ ਰੱਖਣ ਨਾਲ ਨੀ ਕੁਛ ਹੁੰਦਾ, ਬੰਦੇ ਦਾ ਕਿਰਦਾਰ ਸਹੀ ਹੋਣਾ ਚਾਹੀਦਾ ਗਾ। ਇਹ ਗੱਲਾਂ ਨੀ ਨਾ ਸਮਝਦਾ, ਮੈਨੂੰ ਤਾਂ ਐਂ ਆ ਵੀ ਮੈਂ 24 ਘੰਟੇ ਕੋਲੇ ਰਹਿਣਾ ਗਾ ਮੇਰੀ ਝੇਪ ਮੰਨਦੇ ਆ। ਉੱਠਾ ਚੱਲਦਾ ਜਿਹੜਾ ਦਿਮਾਗ ਇਹ ਨਾ ਸਹੀ ਹੁੰਦਾ ਇਹਦਾ, ਜਿਹਨੇ ਗਲਤ ਹੋਣਾ ਗਾ ਉਹ ਤਾਂ ਸਾਰਿਆਂ ਦੇ ਸਾਹਮਣੇ ਵੀ ਹੋ ਜਾਊਗਾ, ਫਿਰ ਤੂੰ ਕਿਹੜਾ ਹਟਾ ਲਏਗਾ? ਬਸ ਇਹ ਕਰ ਦੂਗਾ ਤੈਨੂੰ ਮਾਮੀ ਗਲਤ ਆ ਆਪਦੇ ਹੱਥੀ ਕਰਵਾਊਗਾ। ਚਾਦਰ ਜੀ ਨਾ। ਹਾਂਜੀ ਕੀ ਕਰੀ ਜਾਂਦੇ ਜਨਾਬ ਸਾਹਿਬ? ਆ ਗਈ ਯਾਦ?
ਆ ਗਈ ਯਾਦ ਮਖਾਂ ਜਾਦੀਆਂ ਮੈਂ ਤਾਂ ਭੁੱਲਦਾ ਹੀ ਨਹੀਂ ਤੈਨੂੰ ਬਸ ਰਹਿਣ ਦਿਆ ਕਰ ਇਹੋ ਜਿਹੀਆਂ ਮਿੱਠੀਆਂ ਨਾ ਕਿਤੇ ਹੋਰ ਜਾ ਕੇ ਮਾਰੀ ਬਾਲੇ ਬਾਰੀ ਤੂੰ ਆਈ ਮਿੱਠੀਆਂ ਮਾਰ ਦਾਂਗਾ ਪਹਿਲਾਂ ਗੱਲ ਤੇ ਨਾ ਪਹਿਲਾਂ ਗੱਲ ਤਾਂ ਸੁਣ ਲਿਆ ਕਰ ਫੇਰ ਉਹ ਕਰਨ ਲੱਗੇ ਜਾਂਦੀ ਆ ਹਾਂ ਕੀ ਗੱਲ ਸੁਣਾ ਤੇਰੀ ਮੈਂ ਪਹਿਲੇ ਹੀ ਲੜਨ ਲੱਗੇ ਫਿਰ ਮੈਂ ਫੇਰ ਕਹਿੰਦਾ ਨਹੀਂ ਤੂੰ ਅਖੇਰ ਖਜਾ ਫਿਰ ਮੇਰਾ ਬਲੱਡ ਵੱਜ ਜਾਂਦਾ ਤੇਰੇ ਇਕੱਲੇ ਦਾ ਬਲੱਡ ਵੱਜਦਾ ਮੇਰਾ ਨਹੀਂ ਵੱਜਦਾ ਜਿਹੜੀਆਂ ਤੂੰ ਗਲਤੀਆਂ ਕਰ ਦਾਂਗਾ ਉਹ ਨਹੀਂ ਮੇਰੀ ਗੱਲ ਤਾਂ ਸੁਣ ਲਾ ਤੂੰ ਇੱਕ ਦੋ ਆਇਆ ਤੇਰੀ ਪੈਸੀ ਨਾ ਮੈਨੂੰ ਬਹਿਮੀ ਪੈ ਗਈ ਕੌਣ ਹੱਥ ਤੇਰੇ ਪਿਆ ਸੀ ਤੂੰ ਤੇ ਆਪਣੇ ਭਾਣ ਆ ਕਦੋਂ ਅੰਦਰ ਕਦੋਂ ਪਏ ਸੀ ਆਪਾਂ ਉਹ ਮੈਨੂੰ ਵਹਿਮ ਹੋ ਤੇ ਆਪਾਂ ਇਕੱਠੀ ਪਏ ਸੀ ਫਿਰ ਪਏ ਤਾਂ ਇਕੱਠੀ ਸੀ ਤੇ ਮੈਂ ਤੈਨੂੰ ਐਂ ਤਾਂ ਨਹੀਂ ਕਹਿੰਦਾ ਵੀ ਆਪਾਂ ਡੋਡੀ ਪਏ ਸੀ ਵੀ ਮੈਨੂੰ ਵਹਿਮ ਹੋ ਗਿਆ ਆਪ ਤੇ ਵੀ ਐਂ ਇਕੱਠੇ ਪਏ ਨੇ ਚੱਲ ਸੁੱਤੇ ਪਏ ਨੇ ਕਿਤੇ ਇੱਧਰ ਉੱਧਰ ਮੂੰਹ ਪਾਉਂਗੇ ਤੇ ਫਿਰ ਕੀ ਹੋ ਗਿਆ ਜੇ ਮੂੰਹ ਪਾਵਾਂਗਾ ਜੱਫੀ ਤਾਂ ਨਹੀਂ ਪਾਈ ਸੀ ਕੋਈ ਉਹਨੂੰ ਮੈਂ ਹੱਥ ਰੱਖਿਆ ਗਿਆ ਉਹ ਕਿੱਡੀ ਕੁ ਗੱਲ ਹੈ ਹਾਂ ਫਿਰ ਮੈਂ ਤੇ ਨਾ ਤਾਂ ਕਰਤਾ ਪਰੇ ਮੈਨੂੰ ਬਹਿਮੀ ਆਇਆ ਉਹ ਮੈਂ ਕੀ ਗੱਲ ਹੋ ਗਈ ਕਿਤੇ ਮੈਂ ਜਾਗ ਦੇ ਪਿਆ ਉਪਰੀ ਜਾਂਦੇ ਵੀ ਆਪ ਵੀ ਦੇ ਤੂੰ ਨਾ ਦਿਮਾਗ ਆਪਦਾ ਸਿੱਧਾ ਰੱਖਿਆ ਕਰ ਪੁੱਠਾ ਨਾ ਸੋਚਿਆ ਕਰ ਸਿੱਧਾ ਹੀ ਆ ਤੂੰ ਮੈਨੂੰ ਆਪਦੇ ਆਪ ਗਲਤ ਕਹੀ ਜਾਂਦਾ ਨਾ ਮੈਂ ਉਹਦੀ ਗਲਤੀ ਮੰਨਦਾ ਮੈਨੂੰ ਚੱਲ ਮੈਂ ਚੋ ਕਿਹਾ ਹੈਗਾ ਚੱਲ ਭਾਣ ਜਾ ਮੇਰਾ ਹੀ ਆ ਵੀ ਮੇਰੇ ਕੋਲ ਹੀ ਪਿਆ ਸੀ ਵਿਆਹ ਦਾ ਜਵਾਕ ਆਏ ਤਾਂ ਮੈਨੂੰ ਕੀ ਪਤਾ ਵੀ ਸੁੱਤੇ ਪਿਆ ਮੈਨੂੰ ਫਿਰ ਜੇ ਤੇਰੇ ਮਨ ਚ ਵਹਿਮ ਸੀ ਤੂੰ ਮੇਰੇ ਨਾਲ ਗੱਲ ਕਰਦਾ ਮੈਨੂੰ ਕਹਿੰਦਾ ਵੀ ਸੋਨੀ ਮੈਨੂੰ ਤਾਂ ਵਹਿਮ ਆਗਾ ਵੀ ਮੈਨੂੰ ਮੁੰਡਾ ਸਹੀ ਨੀ ਲੱਗਦਾ ਹੈਗਾ ਵੀ ਆਪਾਂ ਇਹਨੂੰ ਘਰੋਂ ਤੋਰ ਦਿੰਦੇ ਵੀ ਆਪਣੇ ਦੋਨਾਂ ਜੀਆਂ ਚ ਫਰਕ ਪੈਂਦਾ ਗਾ ਤੂੰ ਮੈਨੂੰ ਕਹਿ ਸਕਦਾ ਸੀਗਾ ਮੇਰੇ ਨਾਲ ਗੱਲ ਕਰਕੇ ਕਲੀਅਰ ਕਰ ਸਕਦਾ ਸੀ ਤੂੰ ਮੇਰੇ ਘਰ ਵਾਲਾ ਗਾ ਬਸ ਤੈਨੂੰ ਤਾਂ ਉੱਥੋਂ ਹੀ ਸ਼ੱਕ ਪੈ ਗਿਆ ਜੇ ਹੱਥ ਧਰ ਲਿਆ ਮੈਂ ਉਹਦੇ ਉੱਤੇ ਸੁੱਤੀ ਪਈ ਨੇ ਤੈਨੂੰ ਐਂ ਹੋ ਗਿਆ ਵੀ ਇਹ ਜੱਫੀ ਪਾਈ ਮੇਰੇ ਸਾਹਮਣੇ ਪਈ ਹੈਗੇ ਮੈਨੂੰ ਐਂ ਹੋ ਗਿਆ ਵੀ ਦਿਨੇ ਖਬਰ ਕੀ ਕੁਛ ਕਰਨਗੇ ਕੱਲੇ ਰਹਿ ਕੇ ਕਰੇ ਇੰਨੀ ਸੋਚ ਮਾੜੀ ਹੈ ਤੇਰੀ ਯਾਰ ਉਹ ਮੈਨੂੰ ਬਹਿਮੀ ਪੈ ਗਈ ਦਿਲ ਚ ਤੂੰ ਮੇਰੇ ਨਾਲ ਤਾਂ ਪਹਿਲਾਂ ਗੱਲ ਕਰਕੇ ਕਲੀਅਰ ਕਰ ਲੈਂਦਾ ਤੂੰ ਪਹਿਲਾਂ ਕੀਪੂ ਨੂੰ ਕੀ ਕੁਛ ਬੋਲਿਆ ਰਹਿੰਦਾ ਖੁੰਦਾ ਤੂੰ ਆਪਦੇ ਉਹ ਦੋਸਤ ਨੂੰ ਉਹਨੂੰ ਜਾ ਕੇ ਸਾਰਾ ਕੁਛ ਘਰ ਦੀ ਗੱਲ ਉਹਨੂੰ ਦੱਸ ਤੇ ਉਹ ਘਰੇ ਮੈਨੂੰ ਸਮਝਾਉਣ ਆਇਆ ਮੈਨੂੰ ਕੌਣ ਹੁੰਦਾ ਉਹ ਸਮਝਾਉਣ ਵਾਲਾ ਜੇ ਮੈਂ ਮਾੜੀ ਹੋਣਾ ਹੋਊਗਾ ਨਾ ਤੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੋਊਗੀ ਉਹ ਚੱਲ ਮੈਂ ਬੈਠਾ ਸੀ ਐਂ ਕਰੀ ਉਹ ਆਇਆ ਸੀਗਾ ਕਹਿੰਦਾ ਬੈਠਾ ਮਾਂ ਯਾਰ ਗੱਲ ਗਲਤ ਹੋ ਰਹੀ ਉਹਨੂੰ ਦੱਸਣਾ ਜ਼ਰੂਰੀ ਸਮਝ ਲੈ ਤੂੰ ਆਪਣੇ ਦੋਸਤ ਨੂੰ ਪਰ ਮੇਰੇ ਨਾਲ ਗੱਲ ਕਰ ਮੈਥੋਂ ਸੱਚੀ ਗੱਲ ਕਹਿ ਕੇ ਹੀ ਜਾਂਦੀ ਆ ਮਨ ਦੀ ਮਨ ਦੀ ਗੱਲ ਫਿਰ ਮੇਰੇ ਨਾਲ ਕਰ ਸਕਦਾ ਸੀ ਮੈਂ ਤੇਰੀ ਘਰ ਵਾਲੀ ਸੀ ਮੇਰੇ ਨਾਲ ਗੱਲ ਕਰ ਸੀ ਤੈਨੂੰ ਮੈਂ ਕਿੰਨਾ ਪਿਆਰ ਕਰਦੀ ਆਂ ਜੀ ਤੈਨੂੰ ਖੁਦ ਨੂੰ ਵੀ ਪਤਾ ਜੇ ਤੈਨੂੰ ਮੈਂ ਛੱਡ ਕੇ ਜਾਣਾ ਹੁੰਦਾ ਨਾ ਇਦੋਂ ਪਹਿਲਾਂ ਜਾ ਚੁੱਕੀ ਹੁੰਦੀ ਮੈਂ ਆ ਫਿਰ ਤੂੰ ਤਾਂ ਲੀੜੇ ਜਾ ਕੇ ਤਿਆਰ ਹੋਣ ਲੱਗੀ ਫਿਰ ਉਹ ਯਾਰ ਉਹ ਮੈਂ ਗੁੱਸੇ 'ਚ ਕਿਹਾ ਸੀ ਮੈਂ ਗੁੱਸੇ 'ਚ ਤਿਆਰ ਹੋਈ ਸੀ ਜਾਣ ਨੂੰ ਜਦੋਂ ਤੂੰ ਹੜਤਾ ਨਹੀਂ ਜਦੋਂ ਖੱਤੀਆਂ ਕਰਨ ਫਿਰ ਗੁੱਸੇ 'ਚ ਹੀ ਮੈਥੋਂ ਕਿਹਾ ਗਿਆ ਮੇਰਾ ਭਾਣਜਾ ਘਰੇ ਰਹਿੰਦਾ ਮੇਰੇ ਘਰ ਵਾਲੀ ਰੱਖੀ ਬੈਠੀ ਆ ਉਹਨੂੰ
ਕਿੱਥੇ ਤੱਕ ਗੱਲ ਜਾਊਗੀ ਇਹ, ਕੀ ਸੋਚੂ ਤੇਰੀ ਇੱਜ਼ਤ ਘੱਟਦੀ ਇਹਦੇ ਚ, ਗੱਲ ਸਮਝਾ ਕੇ ਕਿਤੇ ਗੱਲ ਨਹੀਂ ਕਰ, ਮੇਰੀ ਨੀ ਘੱਟਦੀ ਇੱਜ਼ਤ ਇਹਦੇ ਚ, ਤੇਰੀ ਇੱਜ਼ਤ ਘੱਟਦੀ ਆ, ਲੋਕ ਮੈਨੂੰ ਤਾਂ ਪਤਾ ਕੀ ਕਹਿਣਗੇ, ਹਾਂ ਜੇ ਉਹ ਮਾੜਾ ਸੀ ਉਹਨੇ ਭਾਣਜਾ ਰੱਖਿਆ ਤਾਂ ਘਰੇ ਰੱਖਿਆ ਗਾ, ਉਹ ਕਿਹੜਾ ਬਾਹਰ ਭੱਜ ਗਈ ਕਿਸੇ ਨਾਲ, ਮੈਨੂੰ ਨੀ ਕੋਈ ਮਾੜਾ ਕਹਿੰਦਾ, ਤੈਨੂੰ ਕਹਿਣਗੇ ਵੀ ਤੇਰੇ ਚ ਕਣ ਕੰਡਾ ਨੀ ਸੀ, ਜੇ ਤੂੰ ਆਪਦੇ ਘਰ ਵਾਲੀ ਸਾਂਭ ਲੈਂਦਾ ਨਾ ਉਹਨੂੰ ਇੱਜ਼ਤ ਪਿਆਰ ਸਭ ਕੁਛ ਦਿੰਦਾ ਤਾਂ ਉਹ ਘਰੇ ਬੰਦਾ ਰੱਖ ਦੇ ਨਹੀਂ। ਬਹੁਤ ਸੁਣ ਲੀਆਂ ਫਿਰ ਮੇਰੀ ਤਾਂ ਸੁਣ ਲਾ ਫਿਰ, ਕੀ ਸੁਣਾ ਹੁਣ ਮੈਂ ਤੇਰੀ, ਗੱਲ ਨਹੀਂ ਗਲਤੀ ਹੋ ਗਈ ਮੇਰੇ ਨਾਲੋਂ, ਉਮਰ ਚ ਵੀ ਵੱਡਾ ਮਨ ਚ ਤੋਂ ਬਹਿਮੀ ਪਈ ਗਈ, ਬਹਿਮ ਨਾ ਫਿਰ ਕਹਿੰਦੇ ਨੇ ਕੋਈ ਦਵਾਈ, ਤੇਰੇ ਮਨ ਚ ਬਹਿਮ ਪੈ ਰਿਹਾ ਗਾ ਵੀ ਮੈਂ ਉਮਰ ਚ ਵੱਡਾ ਗਾ ਵੀ ਮੈਨੂੰ ਖਬਰੇ ਪਸੰਦ ਨਹੀਂ ਕਰਦੀ, ਮੈਂ ਘਰ ਪਰਿਵਾਰ ਦੁਨੀਆਦਾਰੀ ਚਲਾਉਣ ਦੀ ਮਾਰੀ ਮੈਂ ਫੇਰ ਵੀ ਤੇਰੇ ਬਸੀ ਬੈਠੀ ਹਾਂ। ਮੈਨੂੰ ਉਹਦੇ ਦੇ ਪੁੱਛਿਆ ਕਹੀ ਕਿੱਡਾ ਸੁਣ, ਮੈਨੂੰ ਰਾਤ ਨੂੰ ਜੇ ਮੇਰੀ ਕੋਈ ਸਹੇਲੀ ਆਉਂਦੀ ਆ ਜਾਂ ਮੇਰੀ ਕੋਈ ਭੈਣ ਆਉਂਦੀ ਆ, ਜੇ ਤੂੰ ਪੁੱਛ ਲੇਗਾ ਇਹਦੇ ਚ ਵੀ ਜਵਾਨ ਹੈਗੀ ਵਿਆਹੀ ਹੈਗੀ ਕੁਮਾਰੀ ਹੈਗੀ, ਤਾਂ ਫਿਰ ਮੈਂ ਇਹਦੇ ਚ ਇਹ ਸੋਚ ਲੂੰਗੀ ਵੀ ਇਹ ਗਲਤ ਸੋਚਦਾ। ਉਹ ਨਹੀਂ ਹੈ ਤੇਰੇ ਦਿਮਾਗ ਚ ਨਹੀਂ ਬੜਦੀ ਯਾਰ, ਓਏ ਯਾਰ ਦਿਮਾਗ ਚ ਉਹਦੇ ਬੜੂਗੀ ਜਿਹਦਾ ਦਿਮਾਗ ਸਿੱਧਾ ਚੱਲੂਗਾ, ਤੇਰਾ ਦਿਮਾਗ ਚੱਲਦਾ ਇਸ ਟਾਈਮ ਪੁੱਠਾ, ਤੇਰੇ ਦਿਮਾਗ ਚ ਪੁੱਠੀ ਗੱਲ ਬਣਦੀ। ਜਦ ਮੇਰੇ ਤੋਂ ਗਲਤੀ ਹੋ ਗਈ ਮੈਂ ਕਹਿੰਦਾ ਕਿਉਂ ਐ ਕਿਹਾ ਵੀ ਮੈਨੂੰ ਤਾਂ ਉੱਥੇ ਪਹਿਲ ਕਾਸੇ ਨੂੰ ਦੱਬ ਲਿਆ, ਮੈਂ ਜਾਣ ਕੇ ਨਾ ਕਿਤੇ ਪਾਇਆ ਪਾਇਆ ਉਹਨੂੰ ਹੈ ਆਪ ਲੈ ਜਾਏ ਯਾਰ ਕਰੀ ਬੈਠੇ, ਮੈਨੂੰ ਐ ਹੋ ਗਿਆ ਨਾ ਜੇਕੋ ਵੀ ਭੂਤਾ ਭਤਾ ਨਾ ਕਰਕੇ ਉਹ ਜਮਾਨ ਖਬਰੋ ਵੀ ਮਾਮੀ ਛੋਟੀ ਜਿਹੀ ਮਾਮੀ ਆ ਵੀ ਮਾਮਾ ਹੈ ਵੱਡਾ ਵੀ ਆਪਾਂ ਨੇੜੇ ਰੱਖੀਏ ਕੀ ਪਤਾ ਉਹਦੇ ਚਿੱਤ ਚ ਬਹਿਮੀ ਹੋ। ਅੱਛਾ ਤੈਨੂੰ ਐ ਲੱਗਦਾ ਵੀ ਤੇਰਾ ਭਾਣਜਾ ਬੇਈਮਾਨ ਹੋ ਗਿਆ ਮੇਰੇ ਤੇ, ਹੈ ਕੀ ਹੈ ਮੈਂ ਕੀ ਪਤਾ ਅੱਜ ਕੱਲ ਕਲ ਯੁਗ ਨਾ, ਬਸ ਤੂੰ ਰਹਿਣ ਦੇ ਤੇਰਾ ਤਾਂ ਤੇਰਾ ਦਿਮਾਗ ਪੁੱਠਾ ਚੱਲਦਾ ਤੂੰ ਪੁੱਠਾ ਸੋਚ ਰਿਹਾ ਗਾ, ਤੇਰਾ ਤਾਂ ਮੈਨੂੰ ਪਤਾ ਵੀ ਨਹੀਂ ਇਹੀ ਜੀ ਹੈਗੀ ਇਹ, ਉਹਨੇ ਹਜੇ ਤੱਕ ਨਾ ਮੈਨੂੰ ਇਸ ਨਜ਼ਰ ਨਾਲ ਦੇਖਿਆ ਤੱਕ ਨਹੀਂ ਹੈਗਾ, ਤੂੰ ਉਹਦੇ ਬਾਰੇ ਇੰਨਾ ਗਲਤ ਕਹੀ ਜਾਣਾ, ਸੋਚਦਾ ਚੱਲ ਤੂੰ ਆਪਦੇ ਮਨ ਚ ਰੱਖਦਾ ਉਹ ਗੱਲ ਵੱਖਰੀ ਸੀ, ਤੂੰ ਆਪਦੇ ਜਵਾਨ ਨਾਲ ਹੀ ਕਹੀ ਜਾਣਾ, ਤੂੰ ਇੰਨਾ ਗਲਤ ਸੋਚਦਾ ਉਹਦੇ ਬਾਰੇ, ਨਾਲੇ ਉੱਤੋਂ ਦੀ ਮੇਰੇ ਬਾਰੇ ਸੋਚਦਾ ਵੀ ਮੈਂ ਐ ਹੋ ਸਕਦੀ ਹੈਗੀ, ਤੈਨੂੰ ਤੇਰੇ ਪਿੱਛੇ ਮੈਨੂੰ ਸਾਰਾ ਪਤਾ ਹੈਗਾ ਵੀ ਇਹੀ ਜੀ ਹੈ ਨਹੀਂ, ਮੈਨੂੰ ਐ ਸੱਚ ਉੱਥੋਂ ਹੋ ਗਿਆ। ਜੇ ਤੈਨੂੰ ਭਾਣਜੇ ਤੇ ਭਰੋਸਾ ਹੈ ਨਹੀਂ ਸੀ ਵੀ ਉਹ ਬਗਾਨਾ ਸੀ ਯਾਰ, ਮੈਂ ਤਾਂ ਤੇਰੀ ਘਰ ਵਾਲੀ ਸੀ, ਮੇਰੇ ਤੇ ਤਾਂ ਭਰੋਸਾ ਕਰ ਸਕਦਾ ਸੀ ਫਿਰ, ਭਰੋਸਾ ਕਰਕੇ ਫਿਰ ਮੈਂ ਕਹਿ ਤਾਂ ਵਿਚਾਲੇ ਪਏ ਆ, ਤੇ ਉਹ ਕਹਿੰਦਾ ਮੰਮਾ ਮੈਨੂੰ ਤੇ ਇੱਥੇ ਤਾਂ ਡਰ ਲੱਗਦਾ, ਮੈਂ ਤਾਂ ਵਿਚਾਲੇ ਮੈਂ ਲੈ ਵਿਚਾਲੇ ਪਏ।